21 ਦਰਮਿਆਨੀ ਰਾਤ ਮਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਚੋਰੀ ਹੋਈ ਸੀ ਓਟ ਸੈਂਟਰ ਦੇ ਵਿੱਚ। ਓਟ ਸੈਂਟਰ ਜਿੱਥੋਂ ਆਪਣੇ ਬਹੁਤ ਸਾਰੇ ਬੰਦੇ ਜਿਹੜੇ ਡੇਲੀ ਬੇਸ 'ਤੇ ਮੈਡੀਸਨ ਲੈਣ ਜਾਂਦੇ ਆ, ਜਿਹੜੇ ਡਰੱਗ ਅਡਿਕਟ ਹੈਗੇ ਬੰਦੇ, ਉਸ ਓਟ ਸੈਂਟਰ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ। ਸਾਡੇ SHO ਮਕੇਰੀਆਂ ਜੋਗਿੰਦਰ ਜੀ, DSP ਮਕੇਰੀਆਂ ਕੁਲਵਿੰਦਰ ਹੋਣੀ ਮੌਕੇ 'ਤੇ ਵਿਜ਼ਿਟ ਕੀਤੀ ਔਰ ਕਾਫੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਵੀ ਇਹ ਚੋਰੀ ਹੋਈ ਹੈ, ਕਿਉਂਕਿ ਉੱਥੇ ਚੌਂਕੀਦਾਰ ਵੀ ਹੈਗੇ ਸੀਗੇ, ਪਰੰਤੂ ਚੌਂਕੀਦਾਰ ਕਿਸੇ ਹੋਰ ਪਾਸੇ ਬਿਜ਼ੀ ਹੋਣ ਕਰਕੇ ਵਿਪਨ ਨੇ ਉਹ ਅਲਮਾਰੀ ਭੰਨ ਕੇ ਸਾਰੀਆਂ ਗੋਲੀਆਂ ਕੱਢ ਲਈਆਂ, ਜਿਨ੍ਹਾਂ ਦੀ ਅਪਰੋਕਸੀਮੇਟਲੀ ਸੀਗੀ ਉਹ 8 ਲੱਖ ਕੀਮਤ ਦੀਆਂ ਉਹ ਗੋਲੀਆਂ ਬਣਦੀਆਂ ਸੀਗੀਆਂ, ਜਿਹੜੀਆਂ ਸਾਨੂੰ ਉੱਥੋਂ ਦੇ ਇੰਚਾਰਜ ਨੇ ਦੱਸੀਆਂ। ਉਹਦੇ ਵਿੱਚੋਂ ਅਸੀਂ 9400 ਗੋਲੀ ਜਿਹੜੀ ਅਸੀਂ ਰਿਕਵਰ ਕਰ ਲਈ ਹੈ, ਬਾਕੀ ਇਹ ਖਾ ਪੀ ਗਿਆ, ਕਿਉਂਕਿ ਇਹ ਆਪ ਨਸ਼ਾ ਕਰਨ ਦਾ ਆਦੀ ਹੈਗਾ ਬੰਦਾ। ਟੋਟਲ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ? ਟੋਟਲ ਜਿਹੜੀਆਂ ਗੋਲੀਆਂ ਸੀਗੀਆਂ 11400 ਦੇ ਕਰੀਬ ਸੀਗੀਆਂ ਗੋਲੀਆਂ, ਜਿੱਥੋਂ 9400 ਅਸੀਂ ਵਾਪਸ ਰਿਕਵਰ ਕਰ ਲਈਆਂ। ਬਾਕੀ ਗੋਲੀਆਂ ਇਹਨੇ ਨਹੀਂ, ਬਸ ਉਹੀ ਕੁਛ ਤਾਂ ਇਹਨੇ ਆਪ ਖਾ ਲਈਆਂ, ਕੁਛ ਇਹਦੇ ਯਾਰ ਦੋਸਤ ਸੀਗੇ ਔਰ ਮੇਨ ਇਹਦਾ ਮੋਟਿਵ ਇਹੀ ਸੀ ਉਹਦਾ ਸੇਲ ਕਰਨ ਦਾ, ਕਿਉਂਕਿ ਜਿਹੜੀ ਇਹ ਗੋਲੀ ਆ ਬਾਹਰ ਮਹਿੰਗੇ ਭਾਅ 'ਚ ਵਿਕਦੀ ਆ ਔਰ ਸਰਕਾਰ ਵੱਲੋਂ ਇਹ ਫ੍ਰੀ ਆਫ ਕੋਸਟ ਦਿੱਤੀ ਜਾਂਦੀ ਆ। ਇਹਦੀ ਬੈਕਗਰਾਊਂਡ ਅਸੀਂ ਹੁਣ ਸਾਰਾ ਇਹਦਾ ਜਦੋਂ ਰਿਕਾਰਡ ਕਢਾਇਆ, ਇਹ ਲਾਸਟ ਈਅਰ ਹੀ ਜੇਲ੍ਹ 'ਚੋਂ ਬਾਹਰ ਆਇਆ ਸੀ 2022 'ਚ 6ਵੇਂ ਮਹੀਨੇ 'ਚ, ਔਰ ਇਹਦੇ 'ਤੇ ਟੋਟਲ 10 ਮੁਕੱਦਮੇ ਦਰਜ ਹੈਗੇ ਆ। ਬੇਸਿਕਲੀ ਕ੍ਰਿਮੀਨਲ ਰਿਕਾਰਡ ਦੀ ਬੈਕਗਰਾਊਂਡ ਹੈਗੀ ਇਹਦੀ ਔਰ ਸਾਡੀ ਮਕੇਰੀਆਂ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਕਾਰਵਾਈ ਕਰਦੇ ਹੋਏ ਇਹਦੇ 'ਤੇ ਵਰਕ ਕਰਦੇ ਹੋਏ ਵਿਦਇਨ ਵੀਕ ਹੀ ਇਹਨੂੰ ਟ੍ਰੇਸ ਕਰ ਲਿਆ। ਚੋਰੀ ਦੇ ਵੀ ਹੈਗੇ ਆ ਔਰ ਨਾਲ ਦੀ ਨਾਲ ਐਨਡੀ ਦਾ ਵੀ ਇੱਥੇ ਪਰਚਾ ਹੈਗਾ ਆ। ਨਹੀਂ, ਉਹਦੀ ਜੀ CCTV ਅਸੀਂ ਪ੍ਰੋਪਰ ਚੈੱਕ ਕੀਤਾ ਸੀ, ਕੋਈ ਬੰਦਾ ਐਂਟਰ ਹੁੰਦਾ ਸੀ ਔਰ ਬਾਹਰ ਨਿਕਲਦਾ ਸੀਗਾ ਔਰ ਟੈਕਨੀਕਲੀ ਸਰਵਲੈਂਸ ਲੈ ਕੇ ਅਸੀਂ ਸਾਡੀਆਂ ਟੀਮਾਂ ਨੇ ਵਰਕ ਕਰਦੇ ਹੋਏ ਇਹਦੇ ਤੱਕ ਪਹੁੰਚੇ ਅਸੀਂ। ਕਿੱਥੇ ਦਾ ਰਹਿਣ ਵਾਲਾ ਸਰ? ਮਕੇਰੀਆਂ ਦਾ ਹੀ ਹੈ ਲੋਕਲ। ਏਜ ਕਿਆ ਜੀ? ਏਜ ਇਹਦੀ ਅਪਰੋਕਸੀਮੇਟਲੀ 40+ ਹੈਗੀ। 40+ ਹੈਗੀ ਹੈ। ਕੀ ਇਹਦਾ ਹੁਣ ਫਰਦਰ ਕਰਦੇ? ਫਰਦਰ ਇਹਦੀ ਅਰੈਸਟ ਪਾਈ ਹੈਗੀ ਆ ਔਰ ਇਹਦੇ ਹੋਰ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਇਹਨੇ ਕਿਹਨੂੰ ਦਿੱਤੀਆਂ ਹੈਗੀਆਂ, ਉਹਦੇ 'ਤੇ ਸਾਡੀ ਟੀਮ ਵਰਕ ਕਰ ਰਹੀ ਹੈਗੀ। ਥੈਂਕ ਯੂ ਸਰ।